ਇੰਡੀਆ ਕੀ ਰੱਖਿਆ ਉੱਥੇ ਤਾਂ ਬਾਹਰ ਖਾਣ ਮਿਲਦੇ ਆ, ਇੱਥੇ ਬੰਦੇ ਬਹੁਤ ਖਰਾਬ ਆ, ਬਚ ਕੇ ਰਹੋ ਇਹਨਾਂ ਕੋਲ, ਬਚ ਕੇ ਰਹੋ। ਪੰਜਾਬ ਦੇ ਲੋਕ ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਅਤੇ ਆਪਣੀ ਮਿਹਨਤ ਨਾਲ ਕਮਾਈ ਜਮ੍ਹਾਂ ਪੂੰਜੀ ਨੂੰ ਆਪਣੇ ਪੰਜਾਬ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਦੇ ਨੇ ਤਾਂ ਕਿ ਉਹ ਲੋੜ ਪੈਣ 'ਤੇ ਕੰਮ ਆ ਸਕਣ। ਪਰ ਕੁਝ ਬੈਂਕ ਦੇ ਸਰਕਾਰੀ ਬਾਬੂ ਉਹਨਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਨੇ। ਅਜਿਹਾ ਹੀ ਦੇਖਣ ਨੂੰ ਮਿਲਿਆ ਸਬ ਡਿਵੀਜ਼ਨ ਗੜਸ਼ੰਕਰ ਦੇ ਪਿੰਡ ਮੋਰਾਵਾਲੀ ਨਿਵਾਸੀ UK ਰਹਿੰਦੇ ਬਜ਼ੁਰਗ ਦੇ ਨਾਲ, ਜਿਸ ਦੇ ਬੈਂਕ ਦੇ ਖਾਤੇ 'ਚੋਂ 66 ਲੱਖ ਰੁਪਏ ਉੱਡ ਗਏ। ਦਰਅਸਲ ਇੱਕ ਹਫ਼ਤਾ ਪਹਿਲਾਂ ਇੰਗਲੈਂਡ ਤੋਂ ਪਿੰਡ ਪਰਤੇ ਬਲਵੰਤ ਸਿੰਘ ਸੋਹਲ ਨੂੰ ਬੈਂਕ ਦੀ ਪਾਸਬੁੱਕ ਦੇਖ ਕੇ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਸ ਨੂੰ ਆਪਣੇ ਨਾਲ ਵੱਜੀ ਠੱਗੀ ਬਾਰੇ ਪਤਾ ਲੱਗਿਆ। ਮੈਂ ਇੱਥੇ ਇੰਡੀਆ ਆਇਆ, ਮੈਂ ਕਿਹਾ ਵੀ ਇੰਡੀਆ ਫਿਰ ਚੱਕਰ ਮਾਰਨ ਦੇਖੇ ਆਉਂਦੇ ਹਾਂ। ਇੱਥੇ ਮੈਂ ਬੈਂਕ 'ਚ ਪੈਸੇ ਲੈਣ ਗਿਆ, ਪੰਜਾਬ ਨੈਸ਼ਨਲ ਬੈਂਕ 'ਚ ਪੈਸੇ ਲੈਣ ਗਿਆ ਤਾਂ ਮੇਰੇ ਖਾਤੇ 'ਚੋਂ ਸਾਰੇ ਪੈਸੇ ਕੱਢ ਲਏ। ਮੈਂ ਉੱਥੋਂ ਕਿਹਾ ਵੀ ਮੈਂ ਪੁਲਿਸ ਕਾਰਵਾਈ ਕੀਤੀ ਆ, ਹੁਣ ਦੇਖੋ ਪੁਲਿਸ ਵਾਲੇ ਕਹਿੰਦੇ ਪੈਸੇ ਤਾਂ ਆਉਣਗੇ, ਟਾਈਮ ਲੱਗੂਗਾ ਤੁਹਾਨੂੰ, ਬਾਕੀ ਪੈਸੇ ਤਾਂ ਲੋੜਵੰਦ ਹੋਣਾ। ਬਾਕੀ ਬਾਹਰਲੇ ਮੁਲਕਾਂ ਦਾ ਮੇਰੀ ਅਪੀਲ ਆ ਵੀ ਮੋਰਾਲੀ ਜਿੰਨੇ ਪੈਸੇ ਪਏ ਤੁਹਾਡੇ ਪੈਸੇ ਆਪ ਵਾਲੇ ਪੈਸੇ ਜਿੱਦਾਂ ਕਿਹਾ ਆ ਕੇ ਘਰਾ ਲਓ, ਕੰਮ ਨਾ ਦੇਖੋ, ਤੁਸੀਂ ਕੰਮ ਕਰਕੇ ਪੈਸੇ ਜੋੜਦੇ ਆ, ਇੱਥੇ ਇਹ ਮੌਜਾਂ ਕਰਦੇ ਆ ਪੈਸੇ ਨਹੀਂ। ਮੋਰਾਲੀ ਜਿਹੜੀ ਬੈਂਕ ਆ ਬਹੁਤ ਵੱਡਾ ਗੈਂਗ ਵਾ, ਮੇਰੀ ਹੈਲਪ ਕਰੋ। ਮੈਂ ਪੁਲਿਸ ਰਿਪੋਰਟ ਲਗਾਈ ਆ, ਪੁਲਿਸ ਨੂੰ ਕੀ ਕਹਿੰਦੀ ਆ, ਪੁਲਿਸ ਮਗਰ ਲੱਗੀ ਆ, ਦੇਖੋ ਕਿੱਦਾਂ ਆਉਂਦੀ ਆ। ਮੈਂ ਤਾਂ ਮੰਨ ਜਾ ਗਿਆ, ਬਾਕੀ ਮੇਰੇ ਸਾਰਾ ਪਰਿਵਾਰ ਇੰਗਲੈਂਡ ਦਾ, ਨਿਆਣੇ ਇੱਥੇ ਕਿਤੇ ਆਪਣੇ ਨਿਆਣੇ ਕਿੱਥੇ, ਤਾਂ ਹੀ ਤਾਂ ਉਹਨੂੰ ਕਹਿੰਦੇ ਨਹੀਂ ਵੀ ਇੰਡੀਆ ਕੀ ਕਰ ਜਾਣਾ, ਇੰਡੀਆ ਕੀ ਰੱਖਿਆ ਉੱਥੇ ਇੱਥੇ ਤਾਂ ਬਾਹਰ ਖਾਣ ਮਿਲਦੇ ਆ, ਇੱਥੇ ਬੰਦੇ ਬਹੁਤ ਖਰਾਬ ਆ, ਬਚ ਕੇ ਰਹੋ ਇਹਨਾਂ ਕੋਲ, ਬਚ ਕੇ ਰਹੋ, ਇਹਨਾਂ ਕੋਈ ਰੁਜ਼ਗਾਰ ਨਹੀਂ ਕਰੋ, ਤੁਹਾਨੂੰ ਕੋਈ ਚੀਜ਼ ਦੇ ਕੇ ਮਾਰ ਸਕਦੇ ਆ। ਬੰਦੇ ਬਹੁਤ ਬੰਦੇ ਪਹਿਲੇ ਵਾਲੇ ਬੰਦੇ ਹੈ ਨਹੀਂ, ਜੇ ਪਹਿਲੇ ਬਜ਼ੁਰਗ ਹੁੰਦੇ ਸੀ ਉਹ ਹੈ ਨਹੀਂਗੇ, ਬਾਕੀ ਸਾਰੀ ਮਰਜ਼ੀ ਆ, ਜਿੱਦਾਂ ਮਰਜ਼ੀ ਕਰੋ। ਪਰਿਵਾਰ ਨੂੰ ਸਦਮਾ ਲੱਗਣਾ ਲਾਜ਼ਮੀ ਹੈ ਕਿਉਂਕਿ ਰਕਮ ਕੋਈ ਛੋਟੀ ਮੋਟੀ ਨਹੀਂ, ਪੂਰੇ 66 ਲੱਖ ਰੁਪਏ ਹੈ। ਤਾਂ ਸਾਨੂੰ ਕੰਗਾਲ ਕਰ ਦਿੱਤਾ ਕਾਕਾ, ਸਾਡਾ ਕੋਈ ਪੈਸਾ ਨਹੀਂ ਬੈਂਕ ਦੇ ਵਿੱਚ, ਕਹਿੰਦੇ ਤੁਹਾਡਾ ਪੈਸਾ ਹੀ ਹੈ ਨਹੀਂ, ਪੈਸਾ ਸਾਰਾ ਕੱਢ ਲਿਆ। ਇਹ ਸਿਰਫ 2 ਮਹੀਨੇ ਦੀ ਗੱਲ ਵਾ, ਹਜੇ 2 ਮਹੀਨੇ ਹੋਏ ਆ ਇੱਥੇ ਕਰਾ ਕੇ ਗਏ ਨੂੰ, ਅਸੀਂ ਇਸ ਮਹੀਨੇ ਆ ਗਏ ਹਾਂ, ਜਦ ਅਸੀਂ ਖਰਚਾ ਲੈਣ ਗਏ ਤਾਂ ਕਹਿੰਦੇ ਤੁਹਾਡਾ ਪੈਸਾ ਹੀ ਹੈ ਨਹੀਂ ਕੋਈ ਵੀ, ਇੱਥੇ ਕੱਢ ਕੇ ਚੈੱਕ ਬੁੱਕ ਸਾਡੇ ਕੋਲ ਆ, ਜਾਲੀ ਉਹ ਚੈੱਕ ਜਿਹੜੇ ਆ ਉਹਨੇ ਬਣਾ ਕੇ ਸਭ ਕੁਝ ਕਰ ਲਿਆ, ਪਿੱਛੇ ਕੁਛ ਨਹੀਂ ਲਿਖਿਆ ਆ ਸਾਡਾ, ਪਿੱਛੇ ਕੁਛ ਨਹੀਂ, ਗੋਤ ਗਾਤ ਜੋ ਵੀ ਆ ਸਾਡਾ ਕੁਛ ਨਹੀਂ ਲਿਖਿਆ ਹੈਗਾ, ਸਾਰੇ ਜਾਲੀ ਚੈੱਕ ਬਣਾ ਕੇ ਉਹ ਕੈਸ਼ ਕਰਾ ਕੇ, ਤਾਂ ਉਹ ਪਤਾ ਨਹੀਂ ਸਾਨੂੰ ਕਿੱਥੇ ਜਮ੍ਹਾਂ ਕਰਾਏ ਆ ਕਿੱਥੇ ਨਹੀਂ। ਕਹਿੰਦਾ ਸਾਡੀ ਹੈਲਪ ਹੋਣੀ ਚਾਹੀਦੀ ਹੈ, ਇੱਦਾਂ ਤਾਂ ਪੰਜਾਬ ਦੀਆਂ ਸਾਰੀਆਂ ਬੈਂਕਾਂ ਹੀ ਬੰਦ ਹੋ ਜਾਣਗੀਆਂ, ਜਿਹੜੇ ਬਾਹਰਲੇ ਲਿਆਉਂਦੇ ਆ ਕਮਾ ਕੇ ਜਮ੍ਹਾਂ ਕਰਦੇ ਆ ਉਹ ਕਿੱਥੇ ਜਾਣਗੇ, ਆਪਣੇ ਪੰਜਾਬ ਨੂੰ ਛੱਡ ਕੇ ਕਿੱਥੇ ਜਾਣਗੇ। ਇੱਥੇ ਤਾਂ ਪੰਜਾਬ 'ਚ ਕੁਛ ਨਹੀਂ ਹੈਗਾ, ਕੋਈ ਹਾਲ ਨਹੀਂ ਹੈਗਾ, ਮੈਂ ਕੋਈ ਸੁਣਾਈ ਨਹੀਂ ਹੁੰਦੀ ਹੈਗੀ ਸਾਡੀ, ਹਾਂ ਸਾਡੀ ਸੁਣਾਈ ਹੋਣੀ ਚਾਹੀਦੀ ਆ, ਅਸੀਂ ਸਿਆਣੇ ਹੈਗੇ ਹਾਂ, ਪਰੇਸ਼ਾਨ ਹੋਏ ਹੋ ਅਸੀਂ, ਸਾਡੇ ਪੈਸੇ ਸਾਨੂੰ ਮਿਲਣੇ ਚਾਹੀਦੇ ਬਸ। ਇਹ ਸਾਡੇ ਬਾਬਾ ਜੀ ਹੁਣ ਜਦੋਂ ਬਾਹਰੋਂ ਆਏ ਤਾਂ ਅਸੀਂ ਬੈਂਕ ਪੈਸੇ ਲੈਣ ਗਏ ਜੀ, ਅਤੇ ਬੈਂਕ 'ਚ ਜਾ ਕੇ ਦੇਖਿਆ ਤਾਂ ਸਾਡੇ ਬਾਬਾ ਜੀ ਦੇ ਪੈਸੇ ਸਾਰੇ ਨਿਕਲ ਚੁੱਕੇ ਸੀਗੇ, ਅਤੇ ਬੈਂਕ ਵਾਲਿਆਂ ਨੂੰ ਅਸੀਂ ਪੁੱਛਿਆ ਤਾਂ ਪੈਸੇ ਕਿੱਥੇ ਗਏ, ਉਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ, ਲੜ ਸਕਦਾ ਕੋਈ ਨਹੀਂ ਪਾਇਆ। ਸਾਡੇ ਕੋਲ ਓਰਿਜਨਲ ਚੈੱਕ ਸਾਡੇ ਕੋਲ ਆ, ਉਹ ਜਾਲੀ ਚੈੱਕ 2 ਲਾ ਕੇ 26,50,000 ਇੱਕ, 39,50,000 ਇੱਕ, 2 ਵਾਰੀ ਕੱਢੇ ਉਹ ਕਿਤੇ HDFC ਬੈਂਕ ਦੇ ਵਿੱਚ ਟ੍ਰਾਂਸਫਰ ਹੋਏ ਆ, ਬਟਾਲੇ ਦੀ ਕੋਈ ਬੈਂਕ ਦੇ ਵਿੱਚ ਜਮ੍ਹਾਂ ਹੋਏ ਆ ਜੀ, ਅਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਸਾਡੇ ਪੈਸੇ ਜਿਹੜੇ ਆ ਵਾਪਸ ਦਵਾਏ ਜਾਣ ਬਾਬਾ ਜੀ ਹੁਣਾਂ ਨੂੰ। ਠੱਗੀ ਦੀ ਘਟਨਾ ਬਾਰੇ ਗੜਸ਼ੰਕਰ ਪੁਲਿਸ ਤੋਂ ਇਲਾਵਾ SSP ਹੁਸ਼ਿਆਰਪੁਰ ਅਤੇ ਚੀਫ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਇੱਕ ਦਰਖਾਸਤ ਬਲਵੰਤ ਸਿੰਘ ਮੋਰਾਲੀ ਵੱਲੋਂ NRI ਆ ਉਹਦੇ ਵੱਲੋਂ ਦਰਖਾਸਤ ਆਈ ਹੈ ਇੱਕ ਸਾਡੇ ਕੋਲ ਵੀ 66 ਲੱਖ ਦੀ ਠੱਗੀ ਬੈਂਕ ਮੁਲਾਜ਼ਮਾਂ ਦੇ ਖਿਲਾਫ਼, ਉਹ ਦੱਸਦਾ ਵੀ ਬੈਂਕ ਨੇ ਮੇਰੇ ਨਾਲ ਠੱਗੀ ਕੀਤੀ ਹੈਗੀ 66 ਲੱਖ ਦੀ NRI ਖਾਤੇ ਦੇ ਵਿੱਚੋਂ। ਉਹ ਅਸੀਂ ਹੁਣ ਇਨਕੁਆਇਰੀ ਕਰਦੇ ਹਾਂ, ਇਨਕੁਆਇਰੀ ਕਰਕੇ ਪਤਾ ਕਰਦੇ ਹਾਂ ਵੀ ਅਸਲੀਅਤ ਕੀ ਹੈ ਜੀ। ਇਸ ਸਾਰੇ ਮਾਮਲੇ ਵਿੱਚ ਬੈਂਕ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਚਰਚਾ ਹੈ ਕਿ ਬੈਂਕ ਮੁਲਾਜ਼ਮਾਂ ਦੀ ਕਥਿਤ ਮਿਲੀ ਭੁਗਤ ਤੋਂ ਬਗੈਰ ਇੰਨੀ ਮੋਟੀ ਰਕਮ ਕਿਸੇ ਹੋਰ ਖਾਤੇ ਵਿੱਚ ਤਬਦੀਲ ਨਹੀਂ ਹੋ ਸਕਦੀ। ਖਾਤੇ ਵਿੱਚ ਲੱਖਾਂ ਰੁਪਏ ਉਡਾਏ ਜਾਣ ਦੀ ਘਟਨਾ ਪਿੱਛੇ ਕਿਸ ਦੀ ਅਤੇ ਕਿਸ ਪੱਧਰ ਤੱਕ ਮਿਲੀ ਭੁਗਤ ਹੈ, ਇਸ ਦਾ ਖੁਲਾਸਾ ਹੋਣਾ ਜ਼ਰੂਰੀ ਹੈ। ਨਹੀਂ ਤਾਂ NRI ਤਾਂ ਪਹਿਲਾਂ ਹੀ ਪੰਜਾਬ ਤੋਂ ਮੋਹ ਤਿਆਗ ਚੁੱਕੇ ਨੇ, ਕਦੇ ਜ਼ਮੀਨਾਂ 'ਤੇ ਕਬਜ਼ਾ ਅਤੇ ਕਦੇ ਬੈਂਕਾਂ 'ਚ ਰੱਖੀ ਖੂਨ ਪਸੀਨੇ ਦੀ ਕਮਾਈ 'ਤੇ ਧੋਖੇਬਾਜ਼ਾਂ ਦੀ ਨਜ਼ਰ। ਇਨਸਾਫ਼ ਦੀ ਕੋਈ ਆਸ ਨਹੀਂ।
ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।